ਪੰਜਾਬ ਵਿੱਚ ਹੋ ਰਹੀਆਂ ਥਾਂ ਥਾਂ ਵਾਰਦਾਤਾਂ, ਜਿਹੜੀਆਂ ਇਹ ਵਾਰਦਾਤਾਂ ਹੋ ਰਹੀਆਂ ਇਹ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਪਾਉਣ ਨੂੰ ਹੋ ਰਹੀਆਂ, ਜਾਂ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਆਗਾਜ਼ ਹੋ ਗਿਆ। ਹੁਣ ਇੰਨੀਆਂ ਲੁੱਟਾਂ ਹੋ ਰਹੀਆਂ ਕਿ ਨਿਹੰਗੀ ਬਾਣਿਆਂ ਦੇ ਵਿੱਚ ਵੀ ਲੋਕਾਂ ਨੂੰ ਬਖਸ਼ਿਆ ਨਹੀਂ ਜਾ ਰਿਹਾ, ਜੋ ਪਿਛਲੀ ਘਟਨਾ ਤੁਸੀਂ ਨਵਾਂਸ਼ਹਿਰ ਦੇ ਵਿੱਚ ਦੇਖੀ ਹੈ। ਔਰ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਹੋਇਆ, ਇੱਕ ਔਰਤ ਦੇ ਥੱਪੜ ਮਾਰਿਆ, ਜੋ ਕਿ ਜੇ ਕਿਤੇ ਉਹਦੇ ਕੋਲ ਕੋਈ ਹਥਿਆਰ ਹੁੰਦਾ ਤਾਂ ਬਹੁਤ ਵੱਡੀ ਵਾਰਦਾਤ ਹੋ ਜਾਣੀ ਸੀਗੀ। ਉਸ ਤੋਂ ਬਾਅਦ ਇੱਕ ਈਮੇਲ ਰਾਹੀਂ ਮੈਂਟਲ ਹੈਲਥ ਇੰਸਟੀਚਿਊਟ ਜਿਹੜੀ ਹੈਗੀ ਆ ਉਹਨੂੰ ਬੰਬ ਨਾ ਉਡਾਉਣ ਦੀ ਧਮਕੀ ਦਿੱਤੀ ਆ। ਇਹ ਅੱਤਵਾਦ ਦਾ ਅੰਗਾਜ਼ ਨਹੀਂ ਅਤੇ ਹੋਰ ਕੀ ਹੈ। ਇਹਨਾਂ ਘਟਨਾ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ। ਇਹੋ ਜਿਹੀਆਂ ਘਟਨਾ ਨੂੰ 83-84 ਦੇ ਵਿੱਚ ਅਣਦੇਖਿਆ ਕੀਤਾ ਸੀਗਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਪੰਜਾਬ ਦੇ CM ਮਰਹੂਮ ਸਰਦਾਰ ਬੇਅੰਤ ਸਿੰਘ, ਜਿਨ੍ਹਾਂ ਨੂੰ ਆਪਣਾ ਬਲੀਦਾਨ ਦੇ ਕੇ ਪੰਜਾਬ ਨੂੰ ਸੁਰੱਖਿਅਤ ਕੀਤਾ। ਜੇਕਰ ਉਸ ਵੇਲੇ ਵੀ ਉਸ ਟਾਈਮ ਦੀ ਮੌਜੂਦਾ ਸਰਕਾਰ ਇਹਨਾਂ ਅੱਤਵਾਦੀਆਂ ਦਾ ਸਫਾਇਆ ਨਾ ਕਰਦੀ ਤੇ ਅੱਜ ਪੰਜਾਬ ਪੰਜਾਬ ਨਹੀਂ ਸੀ ਰਹਿਣਾ। ਉਸ ਵੇਲੇ ਦੇ ਮਾਨਯੋਗ DGP ਸਾਹਿਬ ਸਰਦਾਰ KP S ਗਿੱਲ ਸਾਹਿਬ, ਜਿਨ੍ਹਾਂ ਨੇ ਪੰਜਾਬ ਨੂੰ ਅਮਨ ਸ਼ਾਂਤੀ ਦੇ ਰਾਹ 'ਤੇ ਲਿਆਂਦਾ, ਪੰਜਾਬ ਨੂੰ ਤਾਂ ਖੁਸ਼ਹਾਲ ਕਰ ਗਏ, ਪਰ ਉਹਨਾਂ ਨੂੰ ਆਪਣੀ ਸ਼ਹੀਦੀ ਦੇਣੀ ਪਈ ਇਸ ਪੰਜਾਬ ਦੀ ਖਾਤਰ। ਹੁਣ ਵੀ ਇਹਨਾਂ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਕਿ ਜਿਹੋ ਜਿਹੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਹੋ ਰਹੀਆਂ ਇਹਨਾਂ ਨੂੰ ਅਣਦੇਖਿਆ ਨਾ ਕੀਤਾ ਜਾਵੇ। ਔਰ ਜਿਹੜੇ ਵੀ ਇਹਨਾਂ ਦੇ ਨਾਲ ਸੰਬੰਧਿਤ ਲੋਕ ਇਸ ਮੁਹਿੰਮ ਨੂੰ ਚਲਾਉਂਦੇ ਆ, ਖਾਲਿਸਤਾਨ ਨੂੰ ਚਲਾਉਂਦੇ ਆ ਜਾਂ ਪੰਜਾਬ ਦੇ ਵਿੱਚ ਵਾਰਦਾਤਾਂ ਕਰਦੇ ਆ, ਇਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਨਹੀਂ ਕਰਨਾ ਚਾਹੀਦਾ। ਅਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਪੰਜਾਬ ਦੇ CM ਸਰਦਾਰ ਭਗਵੰਤ ਮਾਨ ਜੀ ਇਹਨਾਂ ਅੱਗੇ ਵੀ ਬੇਨਤੀ ਕਰਦੇ ਕਿ ਇਹਨਾਂ ਨੂੰ ਬੜੀ ਗੰਭੀਰਤਾ ਨਾਲ ਔਰ ਬੜੀ ਬਰੀਕੀ ਦੇ ਨਾਲ ਇਹਨਾਂ ਨੂੰ ਜਾਂਚਿਆ ਜਾਵੇ ਕਿ ਸਾਡੇ ਮਹਿਕਮਿਆਂ ਦੇ ਵਿੱਚ ਇਹੋ ਜਿਹੇ ਲੋਕ ਹੋਰ ਕਿੰਨੇ ਕੁ ਬੈਠੇ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਆ। ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਨਹੀਂ ਕਰਨਾ ਚਾਹੀਦਾ, ਜਿਵੇਂ UP ਦਾ ਮਾਹੌਲ ਉੱਥੋਂ ਦੇ CM ਯੋਗੀ ਆਦਿੱਤਿਆਨਾਥ ਜੀ ਨੇ ਕੀਤਾ ਆ। ਇਹੋ ਜਿਹਾ ਹੀ ਪੰਜਾਬ ਸਰਕਾਰ ਨੂੰ ਔਰ PM ਸਾਹਿਬ ਨੂੰ ਮਿਲ ਕੇ ਇਹ ਸਟੈਪ ਚੱਕਣਾ ਚਾਹੀਦਾ ਕਿ ਪੰਜਾਬ ਨੂੰ ਖੁਸ਼ਹਾਲੀ ਦੇ ਰਸਤੇ 'ਤੇ ਲਿਆਉਣਾ ਚਾਹੀਦਾ। ਜੇਕਰ ਇਹਨਾਂ ਲੋਕਾਂ ਨੂੰ ਅਸੀਂ ਜੇਲ੍ਹਾਂ ਵਿੱਚ ਬੰਦ ਕਰਦੇ ਹਾਂ ਤਾਂ ਉਹ ਸਿੱਧਾ ਜਿਹੜਾ ਬੋਝ ਹੈਗਾ ਆ, ਜਿਵੇਂ ਅੱਜ ਤੱਕ ਝੱਲਦੇ ਪਏ ਆ ਜਿਹੜੇ ਕੁਛ ਖੂੰਖਾਰ ਅੱਤਵਾਦੀ ਜਿਹੜੇ ਇਸ ਟਾਈਮ ਵੀ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਆ, ਇਹ ਸਾਰਾ ਹੀ ਬੋਝ ਜਿਹੜਾ ਹੈਗਾ ਇਹ ਉਹਨਾਂ ਵਪਾਰੀ ਲੋਕਾਂ 'ਤੇ ਪੈਂਦਾ ਆ, ਇਹ ਆਮ ਜਨਤਾ 'ਤੇ ਪੈਂਦਾ ਜਿਹੜੇ ਆਪਣੇ ਟੈਕਸ ਦਾ ਪੈਸਾ ਜਿਹੜਾ ਸਰਕਾਰਾਂ ਇਹਨਾਂ ਦੀਆਂ
ਇਹਨਾਂ ਤੇ ਖਰਚ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਰੱਖਿਆ ਮੁਹੱਈਆ ਕਰਾਉਂਦੀ ਆ। ਸੋ ਸਰਕਾਰਾਂ ਨੂੰ ਇਹਨਾਂ ਵੱਲ ਡੀਪਲੀ ਧਿਆਨ ਦੇਣਾ ਚਾਹੀਦਾ ਤਾਂ ਜੋ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਵੀ ਅਮਨ ਸ਼ਾਂਤੀ ਬਣੀ ਰਹੇ। ਇਸ ਚੀਜ਼ ਨੂੰ ਬੜੀ ਗੰਭੀਰਤਾ ਨਾਲ ਦੇਖਣਾ ਚਾਹੀਦਾ ਆ। ਅਤੇ ਉਹੀ ਟੈਕਸ ਦਾ ਪੈਸਾ ਜਿਹੜਾ ਵਪਾਰੀਆਂ ਵੱਲੋਂ ਆਮ ਜਨਤਾ ਵੱਲੋਂ ਪੇ ਕੀਤਾ ਜਾਂਦਾ ਆ, ਇਹਨਾਂ ਨੂੰ ਪੰਜਾਬ ਦੇ ਲਈ ਅਤੇ ਨਾਲ ਦੇ ਸੂਬਿਆਂ ਲਈ ਹੀ ਉਹਦੀ ਉੱਨਤੀ ਦੇ ਵਿੱਚ ਲਗਾਇਆ ਜਾਣਾ ਚਾਹੀਦਾ। ਔਰ ਦੂਸਰੇ ਸ਼ਿਵ ਸੈਨਾ ਪੰਜਾਬ ਦੁਆਰਾ ਫਿਰ ਇਹੀ ਮੰਗ ਕਰਦੀ ਆ ਕਿ ਬੇਨਤੀ ਕਰਦੀ ਆ ਕਿ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ, ਇਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਪੰਜਾਬ ਨੂੰ ਅਤੇ ਇਹਦੇ ਨਾਲ ਲੱਗਦੇ ਸੂਬਿਆਂ ਨੂੰ ਖੁਸ਼ਹਾਲੀ ਦਾ ਰਾਹ ਦੇਖਣਾ ਪਵੇ ਅਤੇ ਕੋਈ ਵੀ ਇੱਦਾਂ ਦੀ ਘਟਨਾ ਨਾ ਹੋਵੇ ਕਿ ਜਿਹਦੇ ਵਿੱਚ ਪੰਜਾਬ ਮੁੜ 84 ਦੇ ਗੇੜ ਵਿੱਚ ਜਾਵੇ। ਜੈ ਹਿੰਦ, ਜੈ ਭਾਰਤ।